ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਬਾ ਜੀ ਨੂੰ ਸਤਿ ਸ੍ਰੀ ਅਕਾਲ ਤੇ ਜਿੱਦਾਂ ਹੁਣ ਚੋਣਾਂ 'ਚ ਵਾਅਦੇ ਹੋ ਰਹੇ ਆ ਸਾਰੀਆਂ ਪਾਰਟੀਆਂ ਵਾਅਦੇ ਕਰ ਰਹੀਆਂ ਵੀ ਅਸੀਂ ਆ ਵੀ ਕਰਾਂਗੇ ਅਸੀਂ ਆ ਵੀ ਕਰਾਂਗੇ ਅਸੀਂ ਇਹ ਬੇਨਤੀ ਕਰਦੇ ਆਂ ਵੀ ਜਿਹੜੀ ਆ ਇਹ ਅਸੀਂ ਚੋਣ ਮੈਨੀਫੈਸਟੋ ਆ ਇਹ ਇੱਕ ਲੀਗਲ ਡਾਕੂਮੈਂਟ ਬਣੇ ਤਾਂ ਕਿ ਜਦੋਂ ਇਹ ਜਦੋਂ ਇਹ ਆਪਣੇ ਵਾਦੇ ਪੂਰੇ ਬਣ ਕੇ ਆਉਂਦੇ ਆ ਕਮ ਸੇ ਕਮ 80% ਤਾਂ ਉਹਦੇ ਉੱਤੇ ਜਿਹੜਾ ਉਹ ਕੰਮ ਹੋਵੇ ਕਿਉਂਕਿ ਸਾਰੇ ਵਾਦੇ ਕਰ ਲੈਂਦੇ ਆ ਪਰ ਆਪਾਂ ਦੇਖਿਆ ਵੀ ਉੱਤੇ 2-4% ਵੀ ਕੰਮ ਕਈ ਵਰੀ ਨਹੀਂ ਹੁੰਦਾ ਬਿਲਕੁਲ ਬੜਾ ਵਾajib ਸਵਾਲ ਆ ਜੀ ਅੱਜ ਕੱਲ ਵੱਡੀਆਂ ਵੱਡੀਆਂ ਗਰੰਟੀਆ ਦਿੱਤੀਆਂ ਜਾ ਰਹੀਆਂ ਕਿਉਂਕਿ ਇਲੈਕਸ਼ਨ ਤੋਂ ਬਾਅਦ ਕਿੰਨੇ ਪੁੱਛਣਾ ਹੈ ਕੰਮ ਕਰੋ ਨਾ ਕਰੋ ਇਹ ਸਾਰੇ ਦੇਖਦੇ ਆ ਨਾ ਕਿ ਪਹਿਲੀ ਗੱਲ ਤਾਂ ਇਹ ਜਿਹੜਾ ਹੈਗਾ ਅਸੀਂ ਵੀ ਕਹਿੰਨੇ ਆ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਇਹ এনਵਾਇਰਨਮੈਂਟ ਦਾ ਜਿਹੜਾ ਹੈਗਾ ਗ੍ਰੀਨ ਮੈਨੀਫੈਸਟੋ ਇਹਨੂੰ ਸ਼ਾਮਲ ਕਰਨ ਦੂਸਰਾ ਇਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਅਸੀਂ ਚੋਣ ਕਮਿਸ਼ਨ ਦੇ ਕੋਲ ਜਾ ਕੇ ਐਪਲੀਕੇਸ਼ਨ ਦੇ ਕੇ ਆਏ ਆ ਵਾਤਾਵਰਣ ਚੇਤਨਾ ਮਾਤ ਦੇ ਵੱਲੋਂ ਵੀ ਆਪਣੇ ਵੱਲੋਂ ਵੀ ਕਿ ਅਸੀਂ ਜਦੋਂ ਵੋਟਾਂ ਪੈ ਜਾਂਦੀਆਂ ਇਹੋ ਜਿਹੇ ਵਾਅਦੇ ਦਿੱਤੇ ਹੁੰਦੇ ਆ ਤੇਰਾ ਆ ਹੋ ਜਾਊਗਾ ਤੇਰਾ ਆ ਹੋ ਜਾਊਗਾ ਸਾਨੂੰ ਦਿੋਂ ਲੱਗਦਾ ਹੁੰਦਾ ਵੀ ਹੁਣ ਸਵਰਗ ਆ ਜਾਣਾ ਵੋਟਾਂ ਹੀ ਪੈਣ ਦੀ ਢੇਰ ਆ ਜਦ ਤਨ ਉਂਗਲੀ ਨੱਪਦੀ ਸਵਰਗ ਆ ਜਾਣਾ ਪਰ ਜਦੋਂ ਉਹ ਉਹ ਵੋਟਾਂ ਪੈ ਜਾਂਦੀਆਂ ਮਗਰੋਂ ਸਾਢੇ 4 ਸਾਲ ਤੱਕ ਕਿਸੇ ਦੇ ਕੰਨ ਤੇ ਜੂ ਨਹੀਂ ਸਰਕਦੀ ਉਦੋਂ ਮਗਰੋਂ ਜਿਹੜੇ ਹੈਗੇ ਆ ਫਿਰ ਆ ਜਦਾਂ ਆ ਕਹਿੰਦੇ ਕਿ ਪਿੰਡਾਂ ਦੇ ਵਿੱਚ ਸਪੀਕਰ ਲਿਆ ਕੇ ਸਾਨੂੰ ਕੰਨਾਂ 'ਚ ਸੁਤਿਆਂ ਨੂੰ ਜਗਾਉਣ ਵਾਲੀ ਸਮਝਦੇ ਵੀ ਲੋਕ ਸੁੱਤੇ ਆ ਘਟੋ ਘੱਡੇ ਇਹਨਾਂ ਨੂੰ ਇਹ ਤਾਂ ਦੱਸ ਦਈਏ ਵੀ ਵੋਟਾਂ ਆ ਗਈਆਂ ਇਹ ਖੜਕਾ ਕਰਨਾ ਆਣ ਆਣ ਕੇ ਸ਼ੁਰੂ ਕਰ ਦਿੰਦੇ ਆ ਸੋ ਇਹ ਘਟੋ ਘੱਡ 95% ਜਿਹੜਾ ਹੈਗਾ ਇਹ ਵਾਅਦੇ ਜਿਹੜੇ ਨਹੀਂ ਪੂਰਾ ਕਰਦਾ ਉਹਨੂੰ ਜਿਹੜਾ ਹੈਗਾ ਉਹ 6 ਸਾਲਲੀ ਉਹਨੂੰ ਪਾਰਟੀ ਜੋ ਕੱਢਣਾ ਚਾਹੀਦਾ ਹੈ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਅਸੀਂ ਪੋਲਿਟਿਕਲ ਪਾਰਟੀਆਂ ਕੋਲ ਵੀ ਮੰਗ ਰਹੇ ਹਾਂ ਚੋਣ ਕਮਿਸ਼ਨ ਕੋਲ ਵੀ ਮੰਗ ਰਹੇ ਹਾਂ ਕਿ ਸਾਡੇ ਨਾਲ ਧੱਕਾ ਹੋ ਰਿਹਾ ਸਾਡਾ ਸੋਸ਼ਣ ਹੋ ਰਿਹਾ ਸਾਡੀ ਜਿਹੜੀ ਹੈਗੀ ਇਹ ਸੁਣੀ ਜਾਣੀ ਚਾਹੀਦੀ ਹੈ ਕਿਉਂਕਿ ਜੋ ਅਸੀਂ ਫੀਲ ਕਰਦੇ ਹਾਂ ਇਦਾਂ ਦੇ ਲੱਖਾਂ ਲੋਕ ਆ ਜਿਹੜੇ ਬੋਲ ਨਹੀਂ ਸਕਦੇ ਜਿਨ੍ਹਾਂ ਨੂੰ ਪਤਾ ਨਹੀਂ ਕਿ ਅਸੀਂ ਕਿੱਦਾਂ ਆਪਣੀ ਸ਼ਿਕਾਇਤ ਕਰ ਸਕਦੇ ਆ ਇਹਦੇ ਵਾਸਤੇ ਜਿਹੜਾ ਹੈਗਾ ਚੋਣ ਕਮਿਸ਼ਨ ਨੂੰ ਚਾਹੀਦਾ ਕਿ ਇਹ ਸਾਰੇ ਇੰਡੀਆ ਦੇ ਵਿੱਚੋਂ ਇਹਦੀ ਲੋਕਾਂ ਦੀ ਲੈ ਦੇ ਹੀ ਦਵੇ ਕਿ ਲੋਕ ਕੀ ਫੀਲ ਕਰਦੇ ਆ ਅਸੀਂ ਤਾਂ ਆਪਣੇ ਆਪ ਨੂੰ ਠੱਗੇ ਹੋਏ ਮਸੂਦ ਕਰਦੇ ਆ ਕਿ ਜੋ ਵਾਅਦੇ ਕਰਦੇ ਆ ਮਗਰੋਂ ਉਹਦਾ 5% ਵੀ ਪੂਰਾ ਨਹੀਂ ਕਰਦਾ ਇਹਨਾਂ ਦੇ ਪਿਛਲੇ ਜਿਹੜੇ ਸਾਰੀਆਂ ਪੋਲੀਟਿਕਲ ਪਾਰਟੀਆਂ ਦੇ ਇਹਨਾਂ ਦੇ ਚੋਣ ਮੈਨੀਫੈਸਟੋ ਖੰਘਾਲਣੇ ਚਾਹੀਦੇ ਕਿ ਕਿੱਦਾਂ ਇਹਨਾਂ ਨੇ ਚੀਟਿੰਗ ਕਰਕੇ ਰਾਜ ਕੀਤਾ ਤੇ ਮਗਰੋਂ ਜਿਹੜਾ ਹੈਗਾ ਫਿਰ ਦੁਆਰਾ ਹਟ-ਹਟ ਕਰਦੇ ਆ ਜਾਂਦੇ ਆ ਫਿਰ ਵੀ ਸਾਡੇ ਅਸੀਂ ਨੂੰ ਫਿਰ ਮੌਕਾ ਦਿਓ ਪਿੱਛੇ ਕੀ ਕੀਤਾ ਇਹਦਾ ਮਿਲ ਸੋ ਸੁਣਾ ਚਾਹੀਦਾ